मंडी अहमदगढ़ में सालाना मेले की तैयारियों के संबंध में शिरोमणि अकाली दल की ओर से लुधियाना के गुरुद्वारा मंजी साहब आलमगीर में विशाल मीटिंग की गई, जिसमें लुधियाना शहर व देहाती के वर्कर इस मीटिंग में शामिल हुए। वहीं इस मीटिंग को कामयाब करने के लिए विचार किया गया, जिसमें शिरोमणि अकाली दल कैबिनेट मंत्री शरणजीत ढिल्लो, MLA मनप्रीत सिंह आली व मुख्य संसदीय सचिव दर्शन सिंह शिवालिक भी मौजूद रहे। वहीं मीटिंग का एजेंडा छपार के मेले को लेकर किया गया। इस मीटिंग में विंग के प्रधान और वर्कर शामिल हुए। उन्होंने आम आदमी पार्टी पर तीखे शब्दों के हमले भी किए। वहीं इस दौरान मीडिया से बातचीत करते हुए अकाली नेता गुरदीप सिंह गोशा ने आम आदमी पार्टी पर निशाने साधे और कहा कि आम आदमी पार्टी अब तिनका तिनका हो रही है। जो चौथा फ्रंट है उसका कोई वजूद नहीं है। और दूसरी तरफ आम आदमी पार्टी के नए बने कन्वीनर गुरप्रीत सिंह गुग्गी पर निशाना साधते हुए कहा कि गुग्गी को लगाने से हमारी पार्टी को कोई फर्क नहीं पड़ेगा। अज की श्रोमणी अकाली दल जिला लुधियाना देहाती की जो मीटिंग सी गुरुद्वारा आलमगीर साहब विखे रखी गई है, इहदा मुख एजेंडा सी जिहड़ा उह तां आ रही विधानसभा दीआं चोणां संबंधी चर्चा विचार कमर कसे कसणे, दूसरा सी जथेबंदक ढांचे नूं मजबूत करन संबंधी विचारां जिथे कमी रहि गई, तीजा जिहड़ा प्रमुख गल सी अज दे एजेंडे दी ਉਹ ਹੈ ਕਿ ਮਾਲਵੇ ਦੇ ਪ੍ਰਸਿੱਧ ਮੇਲੇ ਛਪਾਰ ਤੇ ਹਰ ਸਾਲ ਦੀ ਤਰ੍ਹਾਂ ਭਾਵੇਂ ਅਸੀਂ ਵਿਸ਼ਾਲ ਅਕਾਲੀ ਕਾਨਫਰੰਸ ਕਰਦੇ ਹਾਂ, ਮਾਨਯੋਗ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ, ਸਰਬੱਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਾਹਿਬ ਤੇ ਹੋਰ ਸਾਰੇ ਆਗੂ ਸਾਹਿਬਾਨ ਪਹੁੰਚਦੇ ਨੇ, ਕਿਉਂਕਿ ਚੋਣਾਂ ਦਾ ਵਰ੍ਹਾ ਸਾਰੀਆਂ ਪਾਰਟੀਆਂ ਕਈ ਦਿਨਾਂ ਤੋਂ ਪੱਬਾਂ ਭਾਰ ਹੋਈਆਂ ਨੇ, ਪਰ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਰਨ ਦੇ ਲਈ ਅੱਜ ਤੱਕ ਦਾ ਰਿਕਾਰਡ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵਿਸ਼ਾਲ ਅਕਾਲੀ ਕਾਨਫਰੰਸ ਹਰ ਸਾਲ ਹੁੰਦੀ ਹੈ ਉਹਦੇ ਨੇੜੇ ਤੇੜੇ ਵੀ ਸਾਰੇ ਲੜਕੇ ਨਹੀਂ ਪਹੁੰਚਦੇ, ਕਿਉਂਕਿ ਲੋਕਾਂ ਦਾ ਬੜਾ ਪਿਆਰ ਅਤੇ ਸਤਿਕਾਰ ਹੈ ਪ੍ਰਕਾਸ਼ ਸਿੰਘ ਬਾਦਲ ਦੇ ਨਾਲ, ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਮਾਂ ਪਾਰਟੀ ਸਮਝਦੇ ਨੇ। ਔਰ ਇਸ ਵਾਰ ਵੀ ਅੱਜ ਦੀ ਮੀਟਿੰਗ ਤੁਸੀਂ ਦੇਖਿਆ ਕਿ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੰਗਾਂ ਦੇ ਪ੍ਰਧਾਨ ਸਾਹਿਬਾਨ ਅਤੇ ਵਰਕਰ ਔਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਸਾਹਿਬਾਨ ਇਸ ਜ਼ਿਲ੍ਹੇ ਦੇ ਸਾਰੇ ਹੁਮਾ ਮਾ ਕੇ ਪਹੁੰਚੇ ਨੇ। ਵਰਕਰਾਂ ਦੇ ਚਿਹਰਿਆਂ 'ਤੇ ਰੌਣਕਾਂ ਸੀ, ਚੜ੍ਹਦੀ ਕਲਾ ਵਾਲਾ ਪ੍ਰਤੀਕ ਨਜ਼ਰ ਆ ਰਿਹਾ ਸੀ। ਛਪਾਰ ਮੇਲੇ ਦੀ ਮੀਟਿੰਗ ਜਿਹੜੀ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਰੱਖੀ ਗਈ ਹੈ, ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਪੁੱਜੀ, ਅੱਜ ਜਿਹੜਾ ਹਜ਼ਾਰਾਂ ਦਾ ਜਿਹੜਾ ਇਕੱਠ ਹੈ ਸਾਬਿਤ ਕਰਦਾ ਕਿ ਜਿਹੜੀ 2017 'ਚ ਤੀਜੀ ਵਾਰ ਸਰਕਾਰ ਬੀਤੀ ਉਹਨੇ ਉੱਥੇ ਨਾਲ ਨਾਲ ਜਿਹੜੀਆਂ ਗੱਲਾਂ ਕੀਤੀਆਂ ਗਈਆਂ, ਜਿਹੜੇ ਵਿਰੋਧੀ ਧਿਰਾਂ ਵੱਲੋਂ ਜਿਹੜਾ ਝਾੜੂ ਤੀਲਾ ਤੀਲਾ ਹੋ ਚੁੱਕਾ ਜਾਂ ਕਾਂਗਰਸ ਦਾ ਬੁਰਾ ਹਾਲ ਹੋ ਚੁੱਕਾ ਉਹ ਦੱਸਿਆ ਗਿਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਲਗਾਤਾਰ ਜਿਹੜਾ 9 ਸਾਲ 'ਚ ਜਿਹੜਾ ਵਿਕਾਸ ਕੀਤਾ ਗਿਆ ਉਹ ਲੋਕਾਂ ਨੇ ਬਹੁਤ ਪਸੰਦ ਕੀਤਾ, ਜਿਹੜਾ ਝੂਠ ਦਾ ਜਿਹੜਾ ਪਰਦਾਫਾਸ਼ ਹੋ ਚੁੱਕਾ, ਜਿਹੜਾ ਸੱਚ ਸਾਹਮਣੇ ਆ ਚੁੱਕਾ ਲੋਕਾਂ ਦੇ ਵਿਕਾਸ ਦਾ। ਮੈਂ ਸਮਝਦਾ ਕਿ ਵਿਕਾਸ ਦੇ ਜਿੱਥੇ ਜਿੱਥੇ ਸਾਡੇ ਸੁਖਬੀਰ ਸਿੰਘ ਬਾਦਲ ਸਾਹਿਬ, ਵਿਕਰਮ ਸਿੰਘ ਜੀਠੀਆ ਸਾਹਿਬ ਵੱਲੋਂ ਜਿਹੜੇ ਕੀਤੇ ਕੰਮ ਹੈ ਸ਼੍ਰੋਮਣੀ ਅਕਾਲੀ ਦਲ ਉਹ ਲੋਕ ਦੇਖ ਰਹੇ ਆ ਅਤੇ 2017 ਦਾ ਵਿਜ਼ਨ ਵੀ ਕਲੀਅਰ ਹੋ ਰਿਹਾ ਅਤੇ ਨਾਲ ਜਿਹੜਾ ਅੱਜ ਹਜ਼ਾਰਾਂ ਦਾ ਇਕੱਠ ਹੈ ਛਪਾਰ ਦੇ ਮੇਲੇ ਦੇ ਵਿੱਚ ਵੀ, ਮੈਂ ਸਮਝਦਾ ਜਿਹੜੀ ਕਾਨਫਰੰਸ ਹੁੰਦੀ ਹੈ ਸੱਭਿਆਚਾਰ ਦਾ ਮੇਲਾ ਹੁੰਦਾ ਉੱਥੇ ਕਾਨਫਰੰਸ ਵੀ ਸਾਡੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਊਗੀ ਤਾਂ ਜੋ ਇੱਕ ਕਲੀਅਰ ਕੱਟ ਦਿਖ ਰਿਹਾ ਜੋ ਉਹ ਸਾਹਮਣੇ ਸਾਰਿਆਂ ਦੇ ਵਿੱਚ ਆਏ ਕਿ ਕੋਈ ਕਿੰਨੇ ਫਰੰਟ ਆ ਜਾਂਦੇ ਝਾੜੂ ਦੇ ਤੀਲੇ ਤੀਲੇ ਹੋ ਰਹੇ, ਜਿਹੜੇ ਫਰੰਟ ਬਣ ਰਹੇ ਝਾੜੂ ਦੇ ਵਿੱਚ ਉਹ ਨਿਕਲ ਨਿਕਲ ਕੇ ਤੀਲੇ ਤੀਲੇ ਹੋ ਰਿਹਾ ਅਤੇ ਸਾਨੂੰ ਨਹੀਂ ਸਮਝ ਫਰਕ ਪੈਂਦਾ ਇਹਨਾਂ ਚੀਜ਼ਾਂ ਨਾਲ, ਇਹ ਸਾਰੇ ਨਕਾਰੇ ਹੋਏ ਲੋਕ ਹੈ ਜਿਨ੍ਹਾਂ ਨੇ ਪਿੱਛੇ ਵੀ ਕੰਮ ਕੀਤਾ। ਜੇ ਸਿੱਧੂ ਸਾਹਿਬ ਦੀ ਗੱਲ ਕਰੀਏ ਜਿਨ੍ਹਾਂ ਨੇ ਬਾਣੀ ਨੂੰ ਨਰਾਦਰੀ ਕਰਤੀ ਸੀਗੀ ਉਹਨਾਂ ਨੂੰ ਲੋਕ ਕਿੱਥੋਂ ਪਸੰਦ ਕਰਨਗੇ, ਅਤੇ ਨਾਲ ਉਹ ਜਿਹੜੇ ਦੋ ਪ੍ਰਗਟ ਸਿੰਘ ਹੈ ਉਹ ਪਹਿਲਾਂ ਜੇ ਉਹਨਾਂ ਦੇ ਏਰੀਆ ਦੇ ਵਿੱਚ ਜਾ ਕੇ ਦੇਖੋ ਤਾਂ ਉਹਨਾਂ ਦੀ ਜਿਹੜੀ ਬੋਲੀ ਹੈ ਪਤਾ ਲੱਗ ਜਾਂਦਾ ਕਿ ਉਹਨਾਂ ਨੂੰ ਲੋਕ ਅੱਜ ਪਸੰਦ ਨਹੀਂ ਕਰ ਰਹੇ ਅਤੇ ਜਿਹੜੇ ਬੈਂਸ ਬ੍ਰਦਰ ਆ ਜਿਹੜੇ ਲੋਕਾਂ ਨੂੰ ਬੜੇ ਵੱਡੀਆਂ ਗੱਲਾਂ ਕਰਦੇ ਸੀ ਅੱਜ ਨਕਾਰ ਚੁੱਕੇ ਲੋਕ ਆ ਉਹਨਾਂ ਦੇ ਵਿੱਚ ਆ ਕੇ ਬੈਠੇ ਹੋਏ, ਅਤੇ ਮੈਂ ਸਮਝਦਾ ਉਹਨਾਂ ਨੂੰ ਅੱਜ ਬਚਾਉਣ ਵਾਸਤੇ ਪਹਿਲਾਂ ਕਾਂਗਰਸ ਵੱਲ ਜਾਂਦੇ ਸੀ ਫਿਰ ਆਪ ਜਾਂਦੇ ਸੀ, ਫਿਰ ਆ ਜਿਹੜਾ ਚੌਥਾ ਫਰੰਟ ਬਣਾਇਆ ਇਹ ਫਰੰਟ ਦਾ ਕੋਈ ਵਜੂਦ ਹੀ ਨਹੀਂ ਹੁੰਦੇ ਸਨ ਜਿਹੜੇ ਹਾਸੇ।